ਅੰਬਾਲਾ ਵਿੱਚ ਡੇਂਗੂ ਦੇ ਮਰੀਜ਼ਾਂ ਦੀ ਵੱਧ ਰਹੀ ਸੰਖਿਆ ਦੇ ਕਾਰਨ ਆਮ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਕਈ ਇਲਾਕਿਆਂ ਵਿੱਚ ਡੇਂਗੂ ਦੇ ਮਰੀਜ਼ਾਂ ਦੀ ਸੰਖਿਆ ਵੱਧਦੀ ਜਾ ਰਹੀ ਹੈ। ਕੁਝ ਲੋਕ ਪ੍ਰਾਈਵੇਟ ਹਸਪਤਾਲ ਵਿੱਚ ਰਹਿ ਰਹੇ ਹਨ ਤੇ ਕੁਝ ਸਰਕਾਰੀ ਹਸਪਤਾਲਾਂ ਵਿੱਚ ਦਾਖਲ ਹਨ, ਜਿਨ੍ਹਾਂ ਨੂੰ ਹਸਪਤਾਲ ਪ੍ਰਸ਼ਾਸਨ ਡੇਂਗੂ ਦੇ ਮਰੀਜ਼ ਨਾ ਮੰਨ ਕੇ ਇੱਕ ਆਮ ਬੁਖਾਰ ਮੰਨ ਰਿਹਾ ਹੈ। ਅੰਬਾਲਾ ਵਿੱਚ ਹੀ ਨਹੀਂ, ਹਰਿਆਣਾ ਵਿੱਚ ਵੀ ਡੇਂਗੂ ਦੇ ਮਰੀਜ਼ ਲਗਾਤਾਰ ਵੱਧ ਰਹੇ ਹਨ, ਲੇਕਿਨ ਸਵਾਸਥ ਮੰਤਰੀ ਅਜੇ ਵੀ ਕਹਿ ਰਹੇ ਹਨ ਕਿ ਡੇਂਗੂ ਤੇ ਉਹਨਾਂ ਦਾ ਕਾਬੂ ਪਾਇਆ ਹੋਇਆ ਹੈ। ਸਡਨਲੀ ਵੀਕਨੈਸ ਆ ਗਈ ਸੀ ਬਹੁਤ ਜ਼ਿਆਦਾ, ਪਰਸੋਂ ਮਾਰਨਿੰਗ ਅਲਿੰਦਾ ਮਾਰਨਿੰਗ ਇਸਕੋ ਯਹਾਂ ਹਾਸਪਿਟਲ ਮੇਂ ਐਡਮਿਟ ਕੀ ਹੈ, ਟੈਸਟ ਵੈਸਟ ਕੀ ਹੈ, ਗਲੂਕੋਸ ਲਗਾਇਆ, ਪਲੇਟਲੈਟਸ ਚੈੱਕ ਹੋ ਰਹੇ ਹੈ, ਅਭੀ ਰਾਈਟ ਨੋ ਕੱਲ 57 ਥੇ, ਆਜ ਟੈਸਟ ਲੈ ਕੇ ਗਏ ਹੈ। ਸੈਂਪਲਸ ਆਫ ਪਲੇਟਲੈਟ ਕਾਊਂਟ ਲੀਏ ਹੋਏ ਹੈ, ਸਿਟੀ ਸੈਂਪਲ ਭੇਜੇ ਹੋਏ ਹੈ। ਜ਼ਿਆਦਾਤਰ ਪੇਸ਼ੈਂਟ ਵਾਇਰਲ ਡਿਸਆਰਡਰਸ ਕੇ ਹੈ ਜੋ ਇਸ ਟਾਈਮ ਮੇਂ ਬਹੁਤ ਜ਼ਿਆਦਾ ਹੋਤਾ ਹੈ, ਔਰ ਜਿਨਕਾ ਪੋਜ਼ਿਟਿਵ ਹੋਤਾ ਹੈ ਉਨਕੋ ਫਿਰ ਹਮ ਨਗਰ ਨਿਗਮ ਕੇ ਥਰੂ ਫੋਗਿੰਗ ਔਰ ਐਂਟੀ ਲਾਰਵਲ ਐਕਟੀਵਿਟੀਜ਼ ਕਰਤੇ ਹੈ। ਇਸ ਮੇਂ ਪੇਸ਼ੈਂਟ ਕੋ ਘਬਰਾਨੇ ਕੀ ਕੋਈ ਜ਼ਰੂਰਤ ਨਹੀਂ ਹੈ। ਪੇਸ਼ੈਂਟ ਰੈਸਟ ਕਰੇ, ਪੈਰਾਸੀਟਾਮੋਲ ਬੁਖਾਰ ਕੇ ਲਿਏ ਲੇ, ਔਰ ਪਾਣੀ ਖੂਬ ਪੀਏ, ORS ਹੋ ਗਿਆ, ਨਿੰਬੂ ਪਾਣੀ ਹੋ ਗਿਆ, ਸ਼ਿਕੰਜਵੀ ਹੋ ਗਈ, ਨਾਰੀਅਲ ਪਾਣੀ ਪੀ ਸਕਤੇ ਹੈ, ਤੋ ਘਬਰਾਨੇ ਕੀ ਕੋਈ ਜ਼ਰੂਰਤ ਨਹੀਂ ਹੈ। ਔਰ 50,000 ਸੇ ਕਮ ਤੱਕ, ਮਤਲਬ ਉਨਕੋ ਡਰਨੇ ਕੀ ਜ਼ਰੂਰਤ ਨਹੀਂ, 50,000 ਪੇ ਅਲਰਟ ਹੋਣਾ ਚਾਹੀਏ ਪੇਸ਼ੈਂਟ ਕੋ ਕਿ ਮੇਰੇ 50,000 ਹੈ, ਔਰ ਉਸਕਾ ਡੇਲੀ ਚੈੱਕ ਕਰਾਏ। ਨਹੀਂ ਐਸਾ ਕੋਈ ਸਰ, ਸਰਕਾਰ ਕੇ ਲਾਖ ਕੋਸ਼ਿਸ਼ ਦੇ ਬਾਵਜੂਦ ਵੀ ਡੇਂਗੂ ਨਹੀਂ ਰੁਕ ਪਾ ਰਹਾ। ਨਹੀਂ, ਡੇਂਗੂ ਉੱਪਰ ਨਿਯੰਤਰਣ ਹੈ, ਹਰ ਜੋ ਉਸਕੀ ਤਿਆਰੀਆਂ ਵੋ ਹਮਨੇ। ਅੰਬਾਲਾ ਤੋਂ BS ਗੁਲਿਆਨੀ ਦੀ ਰਿਪੋਰਟ, ਚੈਨਲ 2।